ਬਾਜੀ ਕਾਪ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਵਜ਼ੀਫਾ ਘੁਟਾਲਾ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਪਿਛਲੇ 9 ਦਿਨਾਂ ਤੋਂ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਬੀਤੀ ਰਾਤ 9ਵੇਂ ਦਿਨ ਵੀ ਇਹ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਅਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ MLA ਪ੍ਰੋਫੈਸਰ ਬਲਜਿੰਦਰ ਕੌਰ ਜੀ ਪਹੁੰਚੇ। ਇਸ ਦੌਰਾਨ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਸਦੇ ਖਿਲਾਫ CBI ਜਾਂਚ ਦੀ ਮੰਗ ਤੋਂ ਇਲਾਵਾ ਸਿਟਿੰਗ ਜੱਜ ਦੀ ਅਗਵਾਈ ਵਿੱਚ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਸੀਨੀਅਰ ਲੀਡਰ ਪ੍ਰੋਫੈਸਰ ਬਲਜਿੰਦਰ ਕੌਰ, ਜਸਵੀਰ ਸਿੰਘ, ਜੱਸੀ ਸੋਈਆਂ ਵਾਲਾ ਅਤੇ ਵਰਿੰਦਰ ਬਿੱਟੂ ਸਮੇਤ ਵੱਡੀ ਗਿਣਤੀ ਵਿੱਚ ਆਪ ਵਰਕਰ ਮੌਜੂਦ ਸਨ। ਇਸ ਮੌਕੇ ਬਲਜਿੰਦਰ ਕੌਰ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਾਡਾ ਪ੍ਰਦਰਸ਼ਨ ਚੱਲ ਰਿਹਾ ਹੈ। ਜਦੋਂ ਤੱਕ ਮੰਤਰੀ ਧਰਮਸੋਤ ਨੂੰ ਉਸਦੇ ਅਹੁਦੇ ਤੋਂ ਬਰਖਾਸਤ ਨਹੀਂ ਕੀਤਾ ਜਾਂਦਾ, ਵਿਦਿਆਰਥੀਆਂ ਦਾ ਪੈਸਾ ਉਹਨਾਂ ਨੂੰ ਵੰਡ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਇਹ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਜ਼ਿਕਰ ਯੋਗ ਹੈ ਕਿ ਇਸ ਧਰਨੇ ਤੇ 9ਵੇਂ ਦਿਨ ਆਪ ਵਰਕਰਾਂ ਨੂੰ ਦੁਬਾਰਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੇ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ ਦੇ ਵਿੱਚ ਨਾਭਾ ਕੋਤਵਾਲੀ ਦੇ ਬਾਹਰ ਧਰਨਾ ਦੇ ਕੇ ਆਪ ਵਰਕਰਾਂ ਨੂੰ ਬਿਨਾਂ ਸ਼ਰਤ ਤੋਂ ਰਿਹਾ ਕਰਵਾ ਲਿਆ ਗਿਆ ਸੀ। ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸਾਧੂ ਧਰਮਸੋਤ ਅਸਤੀਫਾ ਦਿਓ, ਅਸਤੀਫਾ ਦਿਓ, ਅਸਤੀਫਾ ਦਿਓ, ਕਰੋ ਸਿਆਪਾ ਹਾਏ 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 ਹਾਏ, ਬ੍ਰਿਟ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਕੈਪਟਨ ਸਰਕਾਰ ਮੁਰਦਾਬਾਦ ਮੁਰਦਾਬਾਦ। ਦੇਖੋ, ਆਮ ਆਦਮੀ ਪਾਰਟੀ ਦਾ ਪਿਛਲੇ 9 ਦਿਨਾਂ ਤੋਂ ਪ੍ਰੋਟੈਸਟ ਚੱਲ ਰਿਹਾ ਅਤੇ ਅੱਜ 9ਵੀਂ ਰਾਤ ਦੇ ਵਿੱਚ ਲਗਾਤਾਰ ਜਿਹੜਾ ਸ਼ਾਮਿਲ ਹੋ ਚੁੱਕਿਆ ਅਤੇ ਪਿਛਲੇ ਲਗਾਤਾਰ ਲੰਬੇ ਸਮੇਂ ਤੋਂ ਸਾਡੇ ਵਲੰਟੀਅਰਸ ਜਿੱਥੇ ਨਾਭੇ 'ਤੇ ਧਰਨੇ 'ਤੇ ਬੈਠੇ ਸੀਗੇ, ਸੋ ਅੱਜ ਮੈਂ ਉਹਨਾਂ ਦੇ ਨਾਲ ਸ਼ਾਮਿਲ ਹੋਈ ਹਾਂ ਅਤੇ ਸਾਡਾ ਪ੍ਰੋਟੈਸਟ ਇਸੇ ਤਰੀਕੇ ਨਾਲ ਜਾਰੀ ਰਹੂਗਾ। ਸਰਕਾਰ ਕਿੰਨਾ ਵੀ ਸਾਡੇ ਨਾਲ ਧੱਕਾ ਕਰੇ, ਕਿੰਨਾ ਵੀ ਸਾਡੇ ਨਾਲ ਸਾਡੇ 'ਤੇ ਜ਼ੁਲਮ ਢਾਏ, ਉਹ ਸੋਚਦੇ ਆ ਕਿ ਸ਼ਾਇਦ ਆਮ ਆਦਮੀ ਪਾਰਟੀ ਵਾਲਿਆਂ ਨੂੰ ਅਸੀਂ ਤਾਰਾਂ ਕੱਟ ਕੇ, ਪੱਖਿਆਂ ਦੇ ਕੁਨੈਕਸ਼ਨ ਕੱਟ ਕੇ, ਬਿਜਲੀ ਦੇ ਕੁਨੈਕਸ਼ਨ ਕੱਟ ਕੇ ਅਤੇ ਪਾਣੀ ਦੇ ਕੁਨੈਕਸ਼ਨ ਕੱਟ ਕੇ ਇੱਥੋਂ ਡਰਾ ਲਾਂਗੇ ਜਾਂ ਫਿਰ ਟੈਂਟ ਪੱਟ ਕੇ ਇੱਥੋਂ ਡਰਾ ਲਾਂਗੇ, ਪਰ ਅਸੀਂ ਡਰਨ ਵਾਲਿਆਂ 'ਚੋਂ ਨਹੀਂ ਹਾਂ, ਕਿਉਂਕਿ ਇੱਥੇ ਜਿਹੜਾ ਮਸਲਾ ਆ ਉਹ ਦਲਿਤ ਸਟੂਡੈਂਟਸ ਦਾ ਹੈ, ਉਹ ਗਰੀਬ ਸਟੂਡੈਂਟਸ ਦਾ, ਜਿਨ੍ਹਾਂ ਦੇ ਨਾਲ ਧੱਕਾ ਹੋਇਆ। ਅੱਜ ਬਹੁਤ ਸਾਰੇ ਸਟੂਡੈਂਟ ਪੰਜਾਬ ਦੇ ਐਸੇ ਨੇ ਜਿਹੜੀ ਆਪਣੀ ਪੜ੍ਹਾਈ ਛੱਡ ਕੇ, ਜਿਨ੍ਹਾਂ ਨੂੰ ਮਜਬੂਰਨ ਸਰਕਾਰ ਦੀ ਵਜ੍ਹਾ ਕਰਕੇ ਘਰ ਬੈਠਣਾ ਪਿਆ। 1650 ਕਾਲਜ ਅੱਜ ਬੰਦ ਹੋ ਗਏ ਔਰ 64 ਕਰੋੜ ਅਮਾਊਂਟ ਰਾਸ਼ੀ ਦੀ ਗੱਲ ਆ। ਇਹ ਉਹੀ ਧਰਮਸੋਤ ਜੀ ਨੇ ਜਿਹੜੇ ਹਾਊਸ 'ਚ ਖੜ੍ਹੇ ਹੋ ਕੇ ਕਹਿੰਦੇ ਸੀਗੇ ਕਿ 1200 ਕਰੋੜ ਅਕਾਲੀ ਦਲ ਦਾ ਪਿਆ ਸੀ, ਅਕਾਲੀ ਦਲ ਦਾ ਵਾਪਸ ਕਰਵਾਵਾਂਗੇ। ਅੱਜ ਖੁਦ ਇਹਨਾਂ ਨੇ ਬਹੁਤ ਵੱਡੀ ਕਰਪਸ਼ਨ ਕੀਤੀ ਆ, ਗਰੀਬ ਵਿਦਿਆਰਥੀਆਂ ਦੇ ਹੱਕਾਂ 'ਤੇ ਇਹਨਾਂ ਨੇ ਡਾਕੇ ਮਾਰੇ ਨੇ। ਧਰਮਸੋਤ ਮਿਨਿਸਟਰ ਜਿਹੜੇ ਨੇ ਚੋਰ ਨੇ। ਆਮ ਆਦਮੀ ਪ੍ਰੋਟੈਸਟ ਉਦੋਂ ਤੱਕ ਲਗਾਤਾਰ ਜਾਰੀ ਰੱਖੂ ਜਦੋਂ ਤੱਕ ਕਰਪਟ ਸਰਕਾਰ ਇਸ ਕਰਪਟ ਮਿਨਿਸਟਰ ਨੂੰ, ਇਸ ਚੋਰ ਮਿਨਿਸਟਰ ਨੂੰ ਬਰਖਾਸਤ ਨਹੀਂ ਕਰ ਦਿੰਦੀ, ਪਲੱਸ 64 ਕਰੋੜ ਦੀ ਰਾਸ਼ੀ ਜਦੋਂ ਤੱਕ ਸਟੂਡੈਂਟਸ ਦੇ ਵਿੱਚ ਰਿਕਵਰ ਕਰਾ ਕੇ ਨਹੀਂ ਵੰਡੀ ਜਾਂਦੀ, ਸਾਡਾ ਪ੍ਰੋਟੈਸਟ ਪੂਰੀਆਂ ਪੰਜਾਬ ਦੀਆਂ ਸੜਕਾਂ 'ਤੇ ਲਗਾਤਾਰ ਤਿੱਖਾ ਹੁੰਦਾ ਹੋਇਆ ਅੱਗੇ ਵਧੂ। ਖੁਦ ਸਰਕਾਰ ਕਰਪਸ਼ਨ ਦੀ ਭਰੀ ਹੋਈ ਆ। ਜਿਹੜੀ ਸਰਕਾਰ ਕਰਪਸ਼ਨ ਦੀ ਭਰੀ ਹੋਵੇ, ਜਿਹੜੀ ਸਰਕਾਰ ਕਿਸਾਨਾਂ ਨਾਲ ਵਾਅਦੇ ਕਰਕੇ ਮੁੱਕਰ ਜੇ, ਜਿਹੜੀ ਸਰਕਾਰ ਮੁਲਾਜ਼ਮਾਂ ਨਾਲ ਵਾਅਦੇ ਕਰਕੇ ਮੁੱਕਰ ਜੇ, ਜਿਹੜੀ ਸਰਕਾਰ ਸਟੂਡੈਂਟਸ ਨਾਲ ਵਾਅਦੇ ਕਰਕੇ ਮੁੱਕਰ ਜੇ, ਔਰ ਜਿਹੜੀ ਸਰਕਾਰ ਹਰ ਵਰਗ ਦੀ ਆਵਾਜ਼ ਦਬਾਉਣ ਦੇ ਲਈ ਜਦੋਂ ਹੱਥ ਕੰਡਾ ਅਪਣਾਉਂਦੀ ਆ, ਪਰਚਿਆਂ ਵਾਲਾ, ਜਿਹੜੀ ਰਾਜਨੀਤੀ ਅਕਾਲੀ ਦਲ ਕਰਦਾ ਸੀਗਾ ਉਹੀ ਪਰਚਿਆਂ ਦੀ ਰਾਜਨੀਤੀ ਅੱਜ ਕਾਂਗਰਸ ਕਰਨ ਲੱਗੀ ਹੋਈ ਆ। ਇਸੇ ਕਰਕੇ ਜਦੋਂ ਪੂਰੀ ਸਰਕਾਰ, ਪੂਰੀ ਕੈਬਨਿਟ ਕਰਪਸ਼ਨ ਦੀ ਭਰੀ ਹੋਵੇ, ਇਹੀ ਇੱਕ ਵਜ੍ਹਾ ਹੈ ਕਿ ਅੱਜ ਗਰੀਬਾਂ ਦੇ ਹੱਕ ਦੱਬੇ ਜਾ ਰਹੇ ਆ, ਗਰੀਬ ਵਿਦਿਆਰਥੀਆਂ ਨੂੰ ਅੱਜ ਦਬਾਇਆ ਜਾ ਰਿਹਾ, ਉਹਨਾਂ ਨੂੰ ਨਾ ਪੜ੍ਹਾਈ ਕਰਨ ਦੇ ਲਈ ਉਹਨਾਂ ਨੂੰ ਅੱਜ ਮਜਬੂਰ ਕੀਤਾ ਜਾ ਰਿਹਾ। ਇੱਕ ਪਾਸੇ 2 ਮੈਂਬਰੀ ਕਮੇਟੀ ਕੇਂਦਰ ਦੀ ਅਤੇ ਇੱਕ ਪਾਸੇ 3 ਮੈਂਬਰੀ ਕਮੇਟੀ ਪੰਜਾਬ ਸਰਕਾਰ ਦੀ, ਕੀ ਲੱਗਦਾ ਕੌਣ ਸਾਫ ਦੇਊਗਾ? ਮੈਨੂੰ ਇੱਕ ਗੱਲ ਦੱਸੋ, ਖੁਦ ਐਡੀਸ਼ਨਲ ਸੈਕਟਰੀ ਨੇ ਸਾਰੀ ਇਨਕੁਆਇਰੀ ਦਿੱਤੀ ਆ, ਖੁਦ ਉਹਨਾਂ ਨੇ ਦੱਸਿਆ ਕਿ ਬਈ 64 ਕਰੋੜ ਦੀ ਰਾਸ਼ੀ ਆ। ਉਸ ਤੋਂ ਬਾਅਦ ਵਿਨੀ ਮਹਾਜਨ ਜੀ ਨੂੰ ਜਿਹੜੀ ਇਨਕੁਆਇਰੀ ਸੌਂਪ ਦਿੱਤੀ ਜਾਂਦੀ ਆ, ਵਿਨੀ ਮਹਾਜਨ ਜੀ ਫਰਦਰ 3 IAS ਅਫਸਰ ਬਿਠਾ ਕੇ ਉਹਨਾਂ ਨੂੰ ਇਨਕੁਆਇਰੀ ਸੌਂਪ ਦਿੰਦੇ ਆ। ਕੀ ਗੱਲ ਬਈ, ਪੰਜਾਬ ਦੇ ਲੋਕ ਜਿਹੜੇ ਲਗਾਤਾਰ ਸੰਘਰਸ਼ ਕਰ ਰਹੇ ਨੇ, ਸਟੂਡੈਂਟ ਜਿਹੜੇ ਜਿਨ੍ਹਾਂ ਦੀ ਪੜ੍ਹਾਈ ਲਗਾਤਾਰ ਖਰਾਬ ਹੋ ਰਹੀ ਆ, ਕਿ ਉਹਨਾਂ ਦਾ ਭਵਿੱਖ ਕਿੱਧਰ ਨੂੰ ਜਾ ਰਿਹਾ? ਸੋ ਇਹ ਮਾਇਨੇ ਨਹੀਂ ਰੱਖਦੀ ਇਨਕੁਆਇਰੀ ਕਿਹਦੇ ਕੋਲ ਜਾਂਦੀ ਹੈ, ਕਿੱਥੇ ਜਾਂਦੀ ਆ। ਇਨਕੁਆਇਰੀ ਮਾਇਨੇ ਉਦੋਂ ਰੱਖਦੀ ਆ ਜਦੋਂ CBI ਤੋਂ ਜਾਂਚ ਹੁੰਦੀ ਆ, ਪਲੱਸ ਸਿਟਿੰਗ ਜੱਜ ਤੋਂ ਇਨਕੁਆਇਰੀ ਹੁੰਦੀ ਆ। ਕਹਿਣ ਦਾ ਮਤਲਬ, ਜਦੋਂ ਤੱਕ 64 ਕਰੋੜ ਦੀ ਰਾਸ਼ੀ ਰਿਕਵਰ ਨਹੀਂ ਹੁੰਦੀ, ਕੋਈ ਸਿੱਟ ਬਿਠਾਈ ਜਾਣ, ਕੋਈ ਕੁਛ ਕਰੀ ਜਾਣ, ਸਾਨੂੰ ਇਸ ਮਸਲੇ ਦਾ ਹੱਲ ਚਾਹੀਦਾ। ਤੁਹਾਡਾ ਹੁਣ ਧਰਨਾ ਕਦੋਂ ਤੱਕ? ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੂਗਾ ਜੀ, ਜਦੋਂ ਤੱਕ ਗਰੀਬਾਂ ਦੇ ਹੱਕ ਗਰੀਬਾਂ ਨੂੰ ਨਹੀਂ ਮਿਲ ਜਾਂਦੇ, ਜਦੋਂ ਤੱਕ ਇਹ ਜਿਹੜੀ ਸਰਕਾਰ ਦੇ ਵਿੱਚੋਂ ਕਰਪਟ ਮਿਨਿਸਟਰ ਨੂੰ ਬਰਖਾਸਤ ਨਹੀਂ ਕਰ ਦਿੱਤਾ ਜਾਂਦਾ, ਅਸੀਂ ਸੰਘਰਸ਼ ਨੂੰ ਤੇਜ਼ ਕਰਾਂਗੇ, ਤਿੱਖਾ ਕਰਾਂਗੇ, ਅਸੀਂ ਕਿਸੇ ਕਿਸਮ ਦੀਆਂ ਧਮਕੀਆਂ ਤੋਂ ਨਹੀਂ ਡਰਨਾ। ਮੰਤਰੀ ਧਰਮਸੋਤ ਕਹਿ ਰਹੇ ਨੇ ਵੀ ਮੈਂ ਬਿਲਕੁਲ ਨਿਰਦੋਸ਼ ਹਾਂ, ਉਹਨਾਂ ਦੇ ਕਹਿਣ ਦੇ ਨਾਲ ਕੀ ਹੁੰਦਾ ਆ? ਹਰ ਚੋਰ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਇਹ ਤਾਂ ਲੋਕਾਂ ਨੇ ਦੱਸਣਾ, ਲੋਕਾਂ ਨੂੰ ਪਤਾ ਹੁੰਦਾ ਕਿ ਜਿਨ੍ਹਾਂ ਦੇ ਹੱਕਾਂ 'ਤੇ ਡਾਕੇ ਮਾਰੇ ਆ, ਜਿਨ੍ਹਾਂ ਦੇ ਹੱਕ ਖੋਏ ਆ, ਵੀ ਚੋਰ ਕੌਣ ਆ।
ਵਿੱਚੋਂ 38 ਕਰੋੜ ਦੀ ਇਸ ਤਰ੍ਹਾਂ 38-39 ਕਰੋੜ ਦੇ ਇਸ ਤਰ੍ਹਾਂ ਹੈ ਜਿਨ੍ਹਾਂ ਦੀ ਕੋਈ ਰਿਕਾਰਡ ਨਹੀਂ ਹੈਗਾ ਤਰ੍ਹਾਂ ਦੇਖਦੇ 64 ਕਰੋੜ ਦੀ ਟੋਟਲ ਰਾਸ਼ੀ ਆ। ਇਸ ਤੋਂ ਵੀ ਮੈਂ ਅਗਲੀ ਗੱਲ ਕਰਾਂ ਤਾਂ 1850 ਕਰੋੜ ਰੁਪਇਆ ਪੈਂਡਿੰਗ ਪਿਆ ਜਿਹੜਾ ਸਟੂਡੈਂਟਸ ਦਾ ਨਹੀਂ ਵੰਡਿਆ। ਸਰਕਾਰ ਨੇ ਬੜੇ ਇੰਟੈਲੀਜੈਂਟ ਤਰੀਕੇ ਦੇ ਨਾਲ ਇਹ ਘਪਲਾ ਕੀਤਾ, ਘੁਟਾਲਾ ਕੀਤਾ। ਹਦਾਇਤ ਹੁੰਦੀ ਆ ਸਾਰੇ ਦੀ ਸਾਰੀ ਰਾਸ਼ੀ ਨੂੰ ਜਿਹੜੀ ਸੈਂਟਰ ਤੋਂ ਆਉਂਦੀ ਆ ਇਹਨੂੰ ਸਰਕਾਰੀ ਬੈਂਕਾਂ 'ਚ ਜਮ੍ਹਾਂ ਕਰਾਉਣ ਦੀ, ਪਰ ਪ੍ਰਾਈਵੇਟ ਬੈਂਕਸ ਜਮ੍ਹਾਂ ਕਰਕੇ ਆਪਣੇ ਘਰ ਭਰੇ ਨੇ। ਗਰੀਬਾਂ ਦੇ ਹੱਕਾਂ ਨੂੰ ਲੁੱਟਿਆ, ਸਟੂਡੈਂਟਸ ਦੇ ਹੱਕ ਮਾਰੇ ਗਏ। ਕੌਣ-ਕੌਣ ਇਨਵੋਲਵਮੈਂਟ ਨੇ ਇਸ ਦੇ ਵਿੱਚ ਧਰਮਸੋਤ ਤੋਂ ਇਲਾਵਾ? ਧਰਮਸੋਤ ਜੀ ਇਨਵੋਲਵ ਨੇ, 1200 ਕਰੋੜ ਰੁਪਇਆ ਅਕਾਲੀ ਦਲ ਦਾ ਪਿਆ। ਹੋਰ ਕੌਣ-ਕੌਣ ਇਨਵੋਲਵ? 1200 ਕਰੋੜ ਰੁਪਇਆ ਅਕਾਲੀ ਦਲ ਦਾ ਪਿਆ। ਜਿਹੜੀ ਸਰਕਾਰ ਦੇ ਵਿੱਚ ਘੁਟਾਲਾ ਹੋਇਆ, ਮੈਂ ਤਾਂ ਕਹਿੰਦੀ ਹਾਂ ਸਾਰੀ ਸਰਕਾਰ ਜ਼ਿੰਮੇਵਾਰ ਹੈ ਇਹਦੇ ਲਈ। ਕੈਪਟਨ ਦਾ ਕਿਉਂ ਨਹੀਂ ਅਜੇ ਤੱਕ ਬਿਆਨ ਆਇਆ? ਇੱਕ ਵਾਰੀ ਉਹਨਾਂ ਨੇ ਸਿੱਟ ਬਿਠਾ ਕੇ ਚੁੱਪ ਕਰ ਗਏ। ਸਿੱਟ ਬਿਠਾਉਣ ਦੇ ਨਾਲ ਮਸਲੇ ਹੱਲ ਨਹੀਂ ਹੋ ਜਾਂਦੇ। ਪੰਜਾਬ ਦੇ ਲੋਕਾਂ ਨੂੰ ਹੱਲ ਚਾਹੀਦਾ ਹੈ, ਪੰਜਾਬ ਦੇ ਲੋਕ ਜਵਾਬ ਮੰਗਦੇ ਆ। ਜਿਹੜੀਆਂ ਅੱਜ ਪ੍ਰੋਟੈਸਟ ਦੇ ਨਾਲ ਸੜਕਾਂ ਭਰੀਆਂ ਹੋਈਆਂ ਨੇ, ਦਲਿਤ ਸਟੂਡੈਂਟ ਦੇ ਹੱਕ ਮਾਰੇ ਜਾ ਰਹੇ ਨੇ। ਪੰਜਾਬ ਦੇ ਲੋਕ ਹੱਕ ਮੰਗਦੇ ਆ ਅਤੇ ਹੱਕ ਅਸੀਂ ਲੈ ਕੇ ਰਵਾਂਗੇ। ਤਰ੍ਹਾਂ ਦਾ ਪਹਿਲਾ ਧਰਨਾ ਤੁਸੀਂ ਦੇਖਿਆ, ਬਿਨਾਂ ਲਾਈਟ ਬਿਨਾਂ ਪੱਖੇ ਤੋਂ ਮੱਛਰਾਂ ਦੇ ਵਿੱਚ ਤੁਸੀਂ ਰਾਤ ਨੂੰ ਬੈਠੇ ਮੈਡਮ ਵੀ ਆਏ? ਮੈਂ ਤਾਂ ਇਹੀ ਕਹਿੰਦਾ ਕਿ ਲੋਕਤੰਤਰ ਦੀ ਕੈਪਟਨ ਸਰਕਾਰ ਨੇ, ਕਾਂਗਰਸ ਸਰਕਾਰ ਨੇ ਹੱਤਿਆ ਕਰ ਦਿੱਤੀ ਹੈ। ਧਰਨੇ ਪ੍ਰੋਟੈਸਟ ਜਿਹੜੇ ਆ ਇਹ ਕਰਨੇ ਸਾਡਾ ਜਿਹੜਾ ਜ਼ਮੂਰੀ ਹੱਕ ਹੈ। ਜਦੋਂ ਕਿ ਅੱਜ ਧਰਮਸੋਤ ਮੰਤਰੀ ਜਿਹੜਾ ਚੋਰ ਹੈ, ਜਿਹਨੇ ਗਲਤ ਵਿਦਿਆਰਥੀਆਂ ਦਾ ਜਿਹੜਾ ਪੈਸਾ ਖਾਧਾ ਹੈ ਸਕੋਲਰਸ਼ਿਪ ਦਾ, ਅਤੇ ਜਦੋਂ ਕਿ ਉਹਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟਣਾ ਚਾਹੀਦਾ, ਅਤੇ ਉਲਟਾ ਸਾਡੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਲੋਕ ਵਿਦਿਆਰਥੀਆਂ ਦੇ ਹੱਕਾਂ ਦੀ ਲੜਾਈ ਲੜ ਰਹੇ ਨੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ। ਜਿਹੜਾ ਪਰਚਾ ਹੋਣਾ ਚਾਹੀਦਾ ਉਹ ਸਾਧੂ ਧਰਮਸੋਤ 'ਤੇ ਹੋਣਾ ਚਾਹੀਦਾ, ਅਤੇ ਉਲਟਾ ਪਰਚਾ ਜਿਹੜਾ ਆਮ ਆਦਮੀ ਪਾਰਟੀ ਦੇ ਜੁਝਾਰੂ ਯੋਧੇ ਇੱਥੇ ਬੈਠੇ ਨੇ, ਜਿਹੜੇ ਸੰਘਰਸ਼ ਲੜ ਰਹੇ ਨੇ, ਉਹਨਾਂ 'ਤੇ ਕੀਤੇ ਜਾ ਰਹੇ ਆ। ਸੋ ਇਹ ਜਿਹੜੀ ਬਿਲਕੁਲ ਕਾਰਵਾਈ ਹੈ, ਨਿੰਦਣਯੋਗ ਹੈ। ਅੱਜ ਇੱਥੇ ਪੁਲਿਸ ਨੇ ਜਿਹੜਾ ਜੋ ਧੱਕਾ ਮੁੱਕੀ ਕੀਤਾ ਹੈ, ਇੱਥੋਂ ਜਿਹੜਾ ਟੈਂਟ ਹੈ ਉਹਨੂੰ ਉਖਾੜਿਆ ਗਿਆ, ਜਿਹੜੇ ਇੱਥੇ ਪੱਖੇ ਸੀ ਸਾਰਾ ਜਿਹੜਾ ਸਮਾਨ ਹੈ ਉਹ ਇਹਨੂੰ ਇੱਥੋਂ ਉਖਾੜ ਫੈਂਕਿਆ ਅਤੇ ਸਾਰਾ ਖੁਰਦ ਬੁਰਦ ਕਰਤਾ। ਅਤੇ ਸਾਡੇ ਜਿਹੜੇ ਇੱਥੇ ਪ੍ਰੋਟੈਸਟ ਕਰ ਰਹੇ ਸੀ ਵਲੰਟੀਅਰ, ਉਹਨਾਂ ਨੂੰ ਕਿੰਨੇ ਕਈ ਘੰਟੇ ਜਿਹੜਾ ਉਹ ਥਾਣੇ ਦੇ ਵਿੱਚ ਉਹ ਬੰਦ ਰੱਖਿਆ ਗਿਆ। ਸੋ ਸਾਡੀ ਮੰਗ ਹੈ ਕਿ ਅਸੀਂ ਇਹ ਪ੍ਰੋਟੈਸਟ ਉਨ੍ਹਾਂ ਚਿਰ ਹੀ ਜਿਹੜਾ ਉਹ ਜਾਰੀ ਰੱਖਾਂਗੇ ਜਿੰਨਾ ਚਿਰ ਸਾਧੂ ਧਰਮਸੋਤ ਨੂੰ ਇਹ ਬਰਖਾਸਤ ਨਹੀਂ ਕਰ ਦਿੰਦੇ, ਮੰਤਰੀ ਮੰਡਲ ਦੇ ਵਿੱਚੋਂ ਜਿਹੜਾ ਉਹ ਕੱਢ ਨਹੀਂ ਦਿੰਦੇ। ਸੋ ਕੈਪਟਨ ਅਮਰਿੰਦਰ ਸਿੰਘ ਜਦੋਂ ਵੀ ਡਰਦਾ ਹੈ ਉਦੋਂ ਪੰਜਾਬ ਪੁਲਿਸ ਨੂੰ ਅੱਗੇ ਕਰਦਾ ਹੈ। ਜਿਹਦੀ ਹਿੰਮਤ ਹੈ ਤਾਂ ਇਹ ਲੋਕਾਂ ਦੇ ਬਾਹਰ ਆ ਕੇ ਆਪਣੇ ਮਹਿਲਾਂ ਤੋਂ ਜਵਾਬ ਦੇਵੇ, ਆਪਣੇ ਮੰਤਰੀ 'ਤੇ ਕਾਰਵਾਈ ਕਰੇ। ਅਤੇ ਇਹਨੂੰ ਤਾਂ ਚਾਹੀਦਾ ਸੀ ਕਿ ਅਕਾਲੀ ਦਲ ਦੇ ਵੇਲੇ ਜਿੰਨੇ ਵੀ ਘਪਲੇ ਹੋਏ, ਕਰਪਸ਼ਨ ਹੋਈ, ਉਹਦੀਆਂ ਸਗੋਂ ਜਾਂਚਾਂ ਕਰਦਾ, ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਦਾ। ਪਰ ਇਸਨੇ ਉਲਟਾ ਜਿਹੜੇ ਇਹਦੇ ਲੋਕ ਵੀ ਉਹਦੇ 'ਤੇ ਕੀ ਕਾਰਵਾਈ ਕਰਨੀ ਸੀ, ਜਿਹੜੇ ਕਾਂਗਰਸ ਦੇ ਆਪਦੇ ਮੰਤਰੀ ਨੇ ਜਿਹੜੇ ਅੱਜ ਕਰਪਸ਼ਨ ਕਰ ਰਹੇ ਨੇ, ਕਰੋੜਾਂ ਰੁਪਈਏ ਖਾ ਗਏ, ਉਹਨਾਂ ਦੇ ਵੀ ਕੋਈ ਕਾਰਵਾਈ ਜਿਹੜੀ ਨਹੀਂ ਕਰ ਰਿਹਾ। ਕੈਪਟਨ ਅਮਰਿੰਦਰ ਸਿੰਘ ਇਹਨਾਂ ਨਾਲ ਰਲਿਆ ਹੋਇਆ। ਤੁਸੀਂ ਮੰਨਦੇ ਹੋ ਕਿ ਇਕੱਠੇ ਨੇ? ਬਿਲਕੁਲ, ਕਰਪਸ਼ਨ ਕਿੱਦਾਂ ਹੋ ਸਕਦਾ? ਮੁੱਖ ਮੰਤਰੀ ਹੈ ਜਿਹਦੇ ਕੋਲ ਸਾਰੇ ਡਿਪਾਰਟਮੈਂਟ ਆਪਣੇ ਕੋਲ ਰੱਖੇ ਨੇ, ਜਿਹਦੇ ਕੋਲ ਡਿਪਾਰਟਮੈਂਟ ਜਿਹੜੇ ਹੈ ਉਹ ਨਹੀਂ ਸਾਂਭੇ ਜਾਂਦੇ ਤਾਂ ਉਹ ਆਪਣੀ ਸਰਕਾਰ ਜਿਹੜੀ ਉਹ ਛੱਡ ਦੇ। ਦੂਸਰੀ ਗੱਲ, ਜਿਹੜੇ ਆ ਮੰਤਰੀ ਉਹਨੇ ਲਾਏ ਵੀ ਨੇ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਇਹਨੇ ਨਿਕੰਮੇ ਮੰਤਰੀ ਆ ਜਿਹੜੇ ਉਹਨਾਂ ਨੂੰ ਡਿਪਾਰਟਮੈਂਟ ਦਿੱਤਾ। ਇਮਾਨਦਾਰ ਲੋਕਾਂ ਨੂੰ ਡਿਪਾਰਟਮੈਂਟ ਦੇਣੇ ਚਾਹੀਦੇ ਨੇ ਤਾਂ ਜੋ ਲੋਕਾਂ ਦੀ ਸੇਵਾ ਜਿਹੜੀ ਆ ਉਹ ਕਰ ਸਕਣ। ਸੋ ਬਿਲਕੁਲ ਕਾਂਗਰਸ ਸਰਕਾਰ ਜਿਹੜੀ ਉਹ ਫੇਲ ਹੋ ਚੁੱਕੀ ਹੈ, ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਲਣ ਦੇ ਨਾਲ ਹੀ ਇਹ ਘਪਲਾ ਹੋਇਆ। ਮੰਤਰੀ ਦੀ ਕੀ ਜ਼ਰੂਰਤ ਹੈ ਕਿ ਮੁੱਖ ਮੰਤਰੀ ਦੇ ਬਿਨਾਂ ਉਹ ਜਿਹੜਾ ਪੈਸਾ ਉਹ ਖਾ ਸਕਦਾ? ਰਲ ਕੇ ਜਿਹੜਾ ਸਾਰਾ ਕੁਝ ਇਹਨਾਂ ਨੇ ਕੀਤਾ।